ਦੋਸਤ ਨੇ 2000 ਰੁਪਏ ਦੇਣ ਤੋਂ ਕੀਤਾ ਮਨਾ ਤਾਂ ਭਾਖੜਾ ਨਹਿਰ 'ਚ ਸੁੱਟ ਕੇ ਲੈ ਲਈ ਦੋਸਤ ਦੀ ਜਾਨ। ਤਿੰਨ ਦੋਸਤਾਂ ਨੇ ਮਿਲ ਕੇ ਰਚੀ ਕਤਲ ਦੀ ਸਾਜਿਸ਼। ਤਾਂ ਦੱਸ ਦਈਏ ਕਿ ਪਰਿਵਾਰ ਤੋਂ ਬਾਅਦ ਜੇਕਰ ਕੋਈ ਵੱਡਾ ਰਿਸ਼ਤਾ ਸਮਝਿਆ ਜਾਂਦਾ ਹੈ ਤਾਂ ਉਹ ਦੋਸਤੀ ਦਾ ਹੁੰਦਾ ਹੈ, ਪਰ ਉਸੇ ਦੋਸਤੀ ਨੂੰ ਇਹਨਾਂ ਤਿੰਨਾਂ ਨੌਜਵਾਨਾਂ ਨੇ ਦਾਗ ਲਗਾ ਦਿੱਤਾ ਜਦੋਂ 2000 ਪਿੱਛੇ ਹੀ ਆਪਣੇ ਜਿਗਰੀ ਯਾਰ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਕਾਬੂ ਵੀ ਕਰ ਲਿਆ। ਤਾਂ ਦੱਸ ਦਈਏ ਕਿ ਮਾਮਲਾ ਸਮਾਣਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਮੁਲਜ਼ਮ ਨੇ ਆਪਣੇ ਦੋਸਤ ਨੂੰ 2000 ਰੁਪਏ ਉਧਾਰ ਦਿੱਤੇ ਸੀ। ਇਸ ਸੰਬੰਧੀ ਜਦੋਂ ਉਸਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਸਦੇ ਦੋਸਤ ਨੇ ਪੈਸੇ ਵਾਪਸ ਦੇਣ ਤੋਂ ਮਨਾ ਕਰ ਦਿੱਤਾ, ਜਿਸ ਤੋਂ ਬਾਅਦ ਇਹ ਇੰਨਾ ਗੁੱਸੇ ਹੋ ਗਿਆ ਕਿ ਆਪਣੇ ਬਾਕੀ ਦੋਸਤਾਂ ਦੇ ਨਾਲ ਮਿਲ ਕੇ ਉਸਦੇ ਕਤਲ ਦੀ ਸਾਜਿਸ਼ ਰਚਦਾ ਤੇ ਫਿਰ ਉਸਨੂੰ ਭਾਖੜਾ ਨਹਿਰ ਦੇ ਕੰਢੇ ਬੁਲਾਉਂਦਾ। ਤਾਂ ਜਦੋਂ ਉਹ ਨੌਜਵਾਨ ਮੌਕੇ ਤੇ ਪਹੁੰਚਦਾ ਹੈ ਤਾਂ ਇਹਨਾਂ ਤਿੰਨਾਂ ਦੇ ਵੱਲੋਂ ਮਿਲ ਕੇ ਉਸਨੂੰ ਭਾਖੜਾ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ, ਜਿਸ ਤੋਂ ਬਾਅਦ ਪੁਲਿਸ ਨੂੰ ਨੌਜਵਾਨ ਦੇ ਗਾਇਬ ਹੋਣ ਦੀ ਸੂਚਨਾ ਮਿਲਦੀ ਹੈ। ਤਾਂ ਲਗਾਤਾਰ ਪੁਲਿਸ ਉਸਦੀ ਭਾਲ ਕਰ ਰਹੀ ਸੀ ਤਾਂ ਇਸੇ ਸੰਬੰਧੀ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਕਾਬੂ ਕਰ ਲਿਆ। ਤਾਂ ਜਦ ਪੁੱਛਿਆ ਗਿਆ ਤਾਂ ਇਹਨਾਂ ਨੇ ਦੱਸਿਆ ਕਿ ਉਸਨੇ ਸਾਡੇ ਉਧਾਰ ਦਿੱਤੇ ਪੈਸੇ ਵਾਪਸ ਨਹੀਂ ਮੁੜੇ ਸੀ, ਜਿਸ ਕਰਕੇ ਅਸੀਂ ਉਸਨੂੰ ਭਾਖੜਾ ਨਹਿਰ ਦੇ ਵਿੱਚ ਸੁੱਟ ਦਿੱਤਾ। ਤਾਂ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਹੁਣ ਪੁਲਿਸ ਨੂੰ 2 ਦਿਨਾਂ ਦਾ ਰਿਮਾਂਡ ਵੀ ਹਾਸਿਲ ਹੋਇਆ। ਤਾਂ ਮਹਿਜ਼ 2000 ਪਿੱਛੇ ਹੀ ਆਪਣੇ ਦੋਸਤ ਦਾ ਇਹਨਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਸਰ, ਸਾਨੂੰ 2000 ਰੁਪਏ ਲੈਣਾ ਸੀ, ਉਧਾਰਾ ਦਿੱਤਾ ਸੀਗਾ ਉਹਨੂੰ ਪਹਿਲਾਂ ਜੀ, ਅਤੇ ਉਹ ਤੋਂ ਅਸੀਂ ਨਹਿਰ ਦੇ ਉੱਤੇ ਉਹਨੇ ਦੱਸਿਆ ਵੀ ਨਹਿਰ ਦੇ ਉੱਤੇ ਆ ਜਾਓ, ਚਲੋ ਪੈਸੇ ਪੂਸਿਆਂ ਦੀ ਗੱਲਬਾਤ ਕਰਦਾ ਮੈਂ। ਹਾਂਜੀ ਹਾਂਜੀ, ਅਤੇ ਸਾਨੂੰ ਗੁੱਸਾ ਆਇਆ ਜੀ, ਅਤੇ ਉਦੋਂ ਬਾਅਦ 'ਚ ਨਹਿਰ ਦੇ ਵਿੱਚ ਗੁੱਸੇ ਨਹਿਰ ਦੇ ਉੱਤੇ ਹੀ ਸਾਨੂੰ ਸਿੱਟਤਾ ਸੀਗਾ ਜੀ, ਚੱਕ ਕੇ ਧੱਕਾ ਮਾਰਿਆ ਜਾਂ ਉਹਨੂੰ ਕੋਈ ਗਲਾ ਘੁੱਟਿਆ ਕੀ ਕੀਤਾ? ਨਹੀਂ ਨਹੀਂ, ਇੱਦਾਂ ਦਾ ਕੁਝ ਨਹੀਂ ਹੋਇਆ ਜੀ, ਮੈਂ ਚੱਕ ਕੇ ਸੁੱਟਤਾ ਜੀ। ਚੱਕੀ ਸੁੱਟਤਾ? ਹਾਂਜੀ ਹਾਂਜੀ। ਇਕੱਲਾ ਆਇਆ ਸੀ? ਹਾਂਜੀ ਸਰ, ਇਕੱਲਾ ਆਇਆ ਸੀ। ਤੁਸੀਂ ਕੀ ਕਿੰਨੀ ਪੜ੍ਹਾਈ ਕਰੀ ਹੈ? ਸਰ, ਪਲੱਸ ਟੂ ਕੀਤੀ ਹੋਈ ਜੀ। ਤੇਰਾ ਕੀ ਨਾਮ ਹੈ? ਜਗਜੀਤ ਸਿੰਘ। ਜਗਜੀਤ ਸਿੰਘ। ਅੱਛਾ, ਤੁਸੀਂ ਕਿੰਨੇ ਪੜ੍ਹੇ ਹੋ? ਪਲੱਸ ਟੂ ਕੀਤੀ। ਪਲੱਸ ਟੂ ਕੀਤੀ। ਤੇਰਾ? ਅੰਮ੍ਰਿਤਪਾਲ ਸਿੰਘ ਜੀ। ਤੁਸੀਂ ਕਿੰਨੇ? ਪਲੱਸ ਟੂ। ਇਹ ਸਿਰਫ 2000 ਦਾ ਝਗੜਾ? ਹਾਂਜੀ। ਦੀਏ ਕਿੰਨੇ ਸੀ ਪੈਸੇ? ਜਗਜੀਤ ਨੇ। ਕਿਸਨੇ ਦੀਏ ਸੀ? ਤੋ ਤੁਸੀਂ ਦਵਾਏ ਤੇ ਇਹਨੂੰ? ਨਾ ਜੀ, ਤੋ ਉਂਝ ਨਾਲ ਗਏ ਹਾਂ, ਨਾਲ ਗਏ, ਮੈਂ ਨਾਲ ਗਿਆ। ਇਹ ਜੀ ਲੋਕਲ ਸਿਟੀ ਸਬਾਨਾ ਦਾ ਹੀ ਰਹਿਣ ਵਾਲਾ ਸੀਗਾ ਮਲਕਾਨਾ ਪੱਤੀ, ਅਤੇ ਇਹ ਮਿਸਿੰਗ ਸੀਗਾ 3 ਅਪ੍ਰੈਲ ਦੀ ਰਾਤ ਤੋਂ। ਅਤੇ ਫਿਰ ਅਸੀਂ 346 ਦਾ ਮਿਸਿੰਗ ਪਰਸਨ ਦਾ ਐਫ ਆਈ ਆਰ ਦਰਜ ਕੀਤੀ ਸੀਗੀ। ਫਿਰ ਸਾਡੀ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ 'ਤੇ ਸਾਨੂੰ ਪਤਾ ਲੱਗਿਆ ਕਿ ਇਹਦਾ ਕਤਲ ਹੋ ਚੁੱਕਿਆ। ਅਤੇ ਫਿਰ ਸਾਡੀ ਤਫਤੀਸ਼ 'ਚ ਸਾਹਮਣੇ ਆਇਆ ਕਿ ਇਹ ਜਿਹੜਾ ਕਤਲ ਕਰਨ ਵਾਲੇ ਸੀਗੇ 3 ਜਣੇ ਸੀਗੇ 3 ਤਰੀਕ ਦੀ ਰਾਤ ਨੂੰ। ਅਤੇ ਫਿਰ ਅਸੀਂ ਇਹਨਾਂ ਤਿੰਨਾਂ ਨੂੰ ਅਰੈਸਟ ਕੀਤਾ। ਅਪ੍ਰੈਲ ਦੇ ਵਿੱਚ? ਹਾਂਜੀ, ਅਪ੍ਰੈਲ ਦੀ ਘਟਨਾ ਹੈ। ਮਨੀਸ਼ ਕੁਮਾਰ ਕੀ ਕੰਮ ਕਰਦਾ ਸੀ, ਮਤਲਬ ਆਇਆ ਹੁਣ ਤਾਂ ਸਾਹਮਣੇ ਦੱਸਿਆ ਪਰਿਵਾਰ? ਜੀ, ਛੋਟਾ ਮੋਟਾ ਹੀ ਕੁਝ ਕੰਮ ਕਰਦਾ ਸੀਗਾ ਸਾਨੂੰ ਜਿੰਨਾ ਕੁ ਪਤਾ ਲੱਗਿਆ। ਜਿਹੜੇ ਹੁਣ 3 ਹੈ, ਕੀ ਕਾਰਨ ਬਣਿਆ, ਕਿੰਨੇ ਪੈਸੇ ਪਿੱਛੇ, ਮਤਲਬ ਇਹਨਾਂ ਨੇ ਕਤਲ? 2000 ਦੇ ਰੁਪਏ ਦਾ ਹੀ ਇਹਨਾਂ ਦਾ ਆਪਸ 'ਚ ਸੀਗਾ ਝਗੜਾ ਸੀ। ਹਾਂਜੀ। ਅਤੇ ਹੁਣ ਤੱਕ ਤਹਿਕੀਕਾਤ 'ਚ ਮੰਨੇ ਹੋ ਵੀ ਕੀ ਚੀਜ਼ ਨਾਲ ਉਹਦਾ ਮਾਰਿਆ ਇਹਨਾਂ ਨੇ, ਕਿਸ ਚੀਜ਼ ਨਾਲ? ਇਹਨਾਂ ਨੇ ਜੀ ਉਹਨੂੰ ਫੜ ਕੇ ਨਹਿਰ 'ਚ ਸਿੱਟਿਆ। ਹਾਂਜੀ, ਕੋਈ ਔਜ਼ਾਰ ਵਗੈਰਾ ਤਾਂ ਨਹੀਂ, ਕੋਈ ਵੈਪਨ ਨਹੀਂ ਹੈਗਾ। ਕਿੱਥੇ ਦੱਸ ਰਹੇ ਹੈ ਕਿੱਥੇ ਸੁੱਟਿਆ ਇਹਨਾਂ ਨੇ? ਅਗਰਵਾਲ ਚੌਂਕ ਦੇ ਨੇੜੇ ਹੀ ਪਾਖੜਾ ਵਿੱਚ ਸਿੱਟਿਆ, ਅਗਰਵਾਲ ਗਊਸ਼ਾਲਾ। ਇਹਨਾਂ ਕੀ ਬੈਕਗ੍ਰਾਉਂਡ ਪਹਿਲਾਂ ਕੋਈ ਕ੍ਰਿਮੀਨਲ ਪਿੱਛੇ ਕੋਈ ਮਾਮਲਾ? ਨਹੀਂ ਜੀ, ਕੋਈ ਪਰਚਾ ਨਹੀਂ ਹੈਗਾ। ਨਹੀਂ, ਇਹ ਕੀ ਕੰਮ ਕਰਦੇ ਨੇ, ਕੋਈ ਹੁਣ ਤੋਂ ਆਇਆ ਹੋਇਆ ਸਾਹਮਣੇ? ਇਹਨਾਂ ਵਿੱਚੋਂ 2 ਜਿਹੜੇ ਹੈਗੇ ਨੇ ਡਰਾਈਵਰੀ ਦਾ ਕੰਮ ਕਰਦੇ ਨੇ ਪਾਰਟ ਟਾਈਮ। ਹਾਂਜੀ, ਇੱਕ ਕੋਈ ਕੰਮ ਨਹੀਂ ਕਰਦਾ ਹਜੇ। ਤੇ ਇਹਨਾਂ ਦਾ ਅੱਜ ਮਤਲਬ ਪੇਸ਼ ਕਰੋਗੇ ਅਦਾਲਤ? ਦੇਖਦੇ ਹਾਂ ਜੀ, ਅੱਜ ਕਰਾਤਾ ਜੀ ਪੇਸ਼ ਅਦਾਲਤ, ਹੁਣ 2 ਦਿਨ ਦਾ ਰਿਮਾਂਡ ਲਿੱਤਾ।